ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਕਮੇਟੀ ਦੇ ਆਧਾਰ ਤੇ ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਅਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਦੀਆਂ ਸਮੱਸਿਆ ਸੁਣੀਆਂ ਤੇ ਨਾਲ ਹੀ ਕਿਹਾ ਕਿ ਜਲਦ ਹੀ ਸਾਰੇ ਰਸਤੇ ਬਹਾਲ ਕਰ ਦਿੱਤੇ ਜਾਣਗੇ। ਰੋਪੜ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ ਦੇ ਪਿੰਡ ਹਰਸਾ ਬੇਲਾ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਮਾਨਯੋਗ ਮੁੱਖ ਮੰਤਰੀ ਜੀ ਨੇ ਦੋ ਮੰਤਰੀਆਂ ਅਤੇ ਨਾਲ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਦੀ ਡਿਊਟੀ ਲਗਾਈ ਹੈ। ਜਿਹੜੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਏਰੀਏ ਹੈ ਉਹਨਾਂ ਨੂੰ ਅਸੀਂ ਵਿਜ਼ਿਟ ਕਰ ਰਹੇ ਹਾਂ। ਇਹ ਹਰਸਾ ਬੇਲਾ ਪਿੰਡ ਚਾਰੇ ਪਾਸੇ ਤੋਂ ਦਰਿਆ ਦੇ ਵਿੱਚ ਘਿਰ ਚੁੱਕਿਆ ਅਤੇ ਦਰਿਆ ਅੱਗੇ ਵੱਧਦਾ ਆ ਰਿਹਾ ਅਤੇ ਪਿੰਡ ਦੀ ਜਿਹੜੀ ਹੋਂਦ ਹੈ ਉਹ ਵੀ ਨੂੰ ਵੀ ਅੱਜ ਖਤਰਾ ਹੋਇਆ ਹੋਇਆ। ਬਹੁਤ ਜ਼ਿਆਦਾ ਏਰੀਆ ਇਹਨੇ ਦਰਿਆ ਨੇ ਢਾਹ ਦਿੱਤਾ ਹੈ ਅਤੇ ਅਸੀਂ ਪਿੰਡ ਨੂੰ ਇੱਥੋਂ ਰੀਲੋਕੇਟ ਕਰਨ ਦੀ ਬੇਨਤੀ ਕੀਤੀ ਹੈ ਕਿ ਤੁਸੀਂ ਇੱਥੋਂ ਸ਼ਿਫਟ ਹੋ ਜਾਓ ਅਤੇ ਬਾਅਦ ਦੇ ਵਿੱਚ ਵੀ ਇੱਥੇ ਪਿੰਡ ਦਾ ਵਸਣਾ ਹੁਣ ਮੁਸ਼ਕਿਲ ਹੋ ਗਿਆ ਹੈ। ਉਸ ਲਈ ਸਾਰੀਆਂ ਤਿਆਰੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਪਿੰਡ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾ ਰਹੀ, ਲੇਕਿਨ ਖਤਰਾ ਬਣਿਆ ਹੋਇਆ ਹੈ ਇਸ ਕਰਕੇ ਪਿੰਡ ਨੂੰ ਸ਼ਿਫਟ ਕਰਨ ਦੀ ਜਿਹੜੀ ਹੈ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸਰ ਦੇਖੋ, ਇਹ ਜਿਹੜਾ ਦਰਿਆ ਸਤਲੁਜ ਦੀ ਜਾਂ ਕਿਸੇ ਦੂਸਰੇ ਦਰਿਆਵਾਂ ਦੀ ਨੂੰ ਚੈਨਲਾਈਜ਼ ਕਰਨਾ ਇਹ ਇਕੱਲੀ ਸਟੇਟ ਗੌਰਮੈਂਟ ਦਾ ਕੰਮ ਨਹੀਂ ਹੈ, ਇਹਦੇ ਵਿੱਚ ਕੇਂਦਰ ਸਰਕਾਰ ਦੀ ਵੱਡੀ ਸ਼ਮੂਲੀਅਤ ਦੀ ਲੋੜ ਹੈ। ਪੰਜਾਬ ਸਰਕਾਰ ਨੇ ਕੇਸ ਬਣਾ ਕੇ ਭੇਜਿਆ ਹੋਇਆ ਕੇਂਦਰ ਸਰਕਾਰ ਨੂੰ, ਕੇਂਦਰ ਸਰਕਾਰ ਵੱਲੋਂ ਹਾਂ ਪੱਖੀ ਹੁੰਗਾਰਾ ਜਿਹੜਾ ਉਹ ਨਹੀਂ ਆ ਰਿਹਾ, ਜਿਹਦੇ ਕਰਕੇ ਚੈਨਲਾਈਜੇਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਅੱਗੇ ਨਹੀਂ ਚੱਲ ਰਿਹਾ। ਠੀਕ ਹੈ, ਇਹ ਲੋਕ ਜਿਹੜੇ ਜਦੋਂ ਅਸੀਂ ਇੱਥੇ ਪਹਿਲਾਂ ਸੁਣਿਆ, ਅਸੀਂ ਆਪ ਟਰੈਕਟਰ ਤੋਂ ਬੈਠ ਕੇ ਆਏ ਹਾਂ, ਪੁਲ ਟੁੱਟ ਚੁੱਕੇ ਹੈ। ਕਾਰਨ ਇਹ ਹੈ ਕਿ ਇੱਕਦਮ ਪਿੱਛੋਂ ਤੇਜ਼ ਪਾਣੀ ਦੇ ਬਹਾਅ ਦੇ ਨਾਲ ਪੁਲੀਆਂ ਵੀ ਤੋੜ ਦਿੱਤੀਆਂ, ਪੁਲ ਵੀ ਤੋੜ ਦਿੱਤੇ ਆ ਪਾਣੀ ਨੇ, ਅਤੇ ਬਹੁਤ ਜ਼ਿਆਦਾ ਖਾਰ ਪੈ ਕੇ ਜਿਹੜਾ ਦਰਿਆ ਹੈ ਆਪਣੀ ਰੈਗੂਲਰ ਕੋਰਸ ਨੂੰ ਚੇਂਜ ਕਰ ਚੁੱਕਿਆ। ਇਸ ਕਰਕੇ ਇਹ ਇੱਕ ਵਾਰ ਪਹਿਲਾਂ ਇਹ ਮੁਸੀਬਤ ਦੀ ਘੜੀ ਨੂੰ ਸਾਂਭਣ ਦੀ ਲੋੜ ਹੈ, ਉਸ ਤੋਂ ਬਾਅਦ ਸਾਰੀਆਂ ਗੱਲਾਂ ਨੂੰ ਹੋਰ ਨੂੰ ਦੇਖਿਆ ਜਾਏਗਾ। ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਕਾਫੀ ਪਿੰਡਾਂ ਦੇ ਚੱਕਰ ਮਾਰਿਆ, ਹੁਣੇ ਚਾਂਦਪੁਰ ਬੇਲਾ ਦੇ ਵਿੱਚ ਮਾਰਿਆ, ਉੱਥੇ ਵੀ ਸੇਮ ਪੁਜੀਸ਼ਨ ਹੈ, ਅਤੇ ਇਸ ਤੋਂ ਇਲਾਵਾ ਚਮਕੌਰ ਸਾਹਿਬ ਹਲਕੇ ਦੇ ਵੀ ਪਿੰਡਾਂ ਦੇ ਵਿੱਚ ਗਏ ਹੈ, ਲੇਕਿਨ ਸਾਰੇ ਪਾਸੇ ਸਥਿਤੀ ਅੰਡਰ ਕੰਟਰੋਲ ਹੈ। ਇੱਥੋਂ ਦੇ DC, SSP ਅਤੇ ਪੂਰੀ ਐਡਮਿਨਿਸਟ੍ਰੇਸ਼ਨ ਨੇ ਕਾਫੀ ਮਿਹਨਤ ਕਰਕੇ ਹਰ ਚੀਜ਼ ਨੂੰ ਕੰਟਰੋਲ ਵਿੱਚ ਕਰ ਲਿਆ ਹੈ। ਇਸ ਕਰਕੇ ਹੁਣ ਸਿਰਫ ਅੱਗੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਕੋਈ ਹੋਰ ਅੱਗੇ ਨੁਕਸਾਨ ਨਾ ਹੋਵੇ। ਨੇ ਇਹਦੀ ਘੋਸ਼ਣਾ ਕਰ ਦਿੱਤੀ ਹੈ, ਨਾਲ ਨਾਲ DC ਸਾਹਿਬ ਜਿੱਦਾਂ ਜਿੱਦਾਂ ਜ਼ਰੂਰਤ ਹੈ ਉਹ ਦੇ ਰਹੇ ਹੈ, ਗਿਰਦਾਵਰੀ ਸਾਰੀ ਹੋ ਰਹੀ ਹੈ। ਇਸ ਅਗਰ ਇਸ ਪਿੰਡ ਦੀ ਗੱਲ ਕਰੀਏ, ਇਹਦਾ ਮੇਨ ਕਿ ਜ਼ਮੀਨ ਜਿਹੜੀ ਦਰਿਆ ਦੇ ਨਾਲ ਲੱਗਦੀ ਸੀ ਉਹ ਹੜ੍ਹ ਰਹੀ ਹੈ, ਔਰ ਪਲੱਸ ਇੱਥੇ ਦੀ ਕਨੈਕਟੀਵਿਟੀ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ। ਇਹ ਪਿੰਡ ਦੇ ਸਰਪੰਚ ਸਾਹਿਬ ਮਿਲੇ ਹੈ, ਸਾਰੀ ਅਸੀਂ ਚੀਜ਼ ਪੁੱਛੀ, ਇੱਥੇ 32-33 ਇਹਨਾਂ ਦੇ ਘਰ ਨੇ, ਉਹਨਾਂ ਬਾਰੇ ਇਹਨਾਂ ਨੇ ਕਿਹਾ ਜੇ ਸਾਨੂੰ ਇੱਥੋਂ ਸ਼ਿਫਟ ਕਰ ਦਿੱਤਾ ਜਾਵੇ ਤਾਂ ਅਸੀਂ DC ਸਾਹਿਬ ਨੂੰ ਕਿਹਾ ਕਿ ਇਹਨਾਂ ਦੀ ਪ੍ਰਪੋਜ਼ਲ ਬਣਾ ਕੇ ਭੇਜੋ, ਅਸੀਂ CM ਸਾਹਿਬ ਨਾਲ ਗੱਲ ਕਰਕੇ ਰਾਣਾ ਜੀ ਨੂੰ ਨਾਲ ਲੈ ਕੇ ਜਿਹੜੇ ਇਹਨਾਂ ਦੇ ਵਿਧਾਇਕ ਨੇ ਸਪੀਕਰ ਸਾਹਿਬ, ਅਤੇ ਅਸੀਂ ਇਹਨਾਂ ਦੀ ਜਿਹੜੀ ਪ੍ਰਪੋਜ਼ਲ ਹੈ CM ਸਾਹਿਬ ਅੱਗੇ ਰੱਖਾਂਗੇ, ਅਤੇ ਇਹਦਾ ਜਿਹੜਾ ਕੁਛ ਜਿਹੜੀ ਚੀਜ਼ ਇਹਨਾਂ ਦੀ ਬਣਦੀ ਹੈ ਅਸੀਂ ਉਹ ਇਹਨਾਂ ਨੂੰ ਦਿਆਂਗੇ। ਸੈਂਟਰ ਗੌਰਮੈਂਟ 'ਚ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਇਹ ਚੀਜ਼ ਕਹੀ, ਅੱਜ ਸੈਂਟਰ ਦੀ ਟੀਮ ਪੰਜਾਬ ਆ ਰਹੀ ਹੈ। ਦੇਖੋ, ਅਸੀਂ ਗੱਲ ਕੀਤੀ ਹੈ, CM ਸਾਹਿਬ ਨੇ ਗੱਲ ਕੀਤੀ ਹੈ, ਉਹਨਾਂ ਕੋਲ 1000 ਕਰੋੜ ਰੁਪਇਆ ਮੰਗਿਆ, ਲੇਕਿਨ ਸਾਡਾ ਨੁਕਸਾਨ ਅਗਰ ਪੰਜਾਬ ਦਾ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ। ਅਸੀਂ ਉਹਨਾਂ ਕੋਲ ਹੈਲਪ ਦੀ ਮੰਗ ਕੀਤੀ ਹੈ CM ਸਾਹਿਬ ਨੇ, ਕਿਤੇ ਨਾ ਕਿਤੇ ਮੈਂ ਸਮਝਦਾ ਕਿ ਉਹਨਾਂ ਨੇ ਗੱਲ ਸੁਣੀ ਹੈ, ਉਹਨਾਂ ਨੇ ਗੱਲ ਸੁਣੀ ਹੈ ਜਿਹੜੀ ਸੈਂਟਰ ਦੀ ਟੀਮ ਅੱਜ ਆ ਰਹੀ ਹੈ। ਮੈਂ ਸਮਝਦਾ ਪੰਜਾਬ ਸਰਕਾਰ ਵਚਨਬੱਧ ਹੈ ਇਸ ਗੱਲ ਲਈ ਕਿ ਜੋ ਵੀ ਨੁਕਸਾਨ ਹੋਇਆ ਆਪਣੇ ਸਾਰੇ ਪਿੰਡ ਵਾਸੀਆਂ ਨਾਲ, ਇੱਥੇ ਦੇ ਜਿਹੜੇ ਹੜ੍ਹਾਂ ਦੇ ਪੀੜਤ ਲੋਕ ਨੇ ਉਹਨਾਂ ਦੇ ਨਾਲ ਪੰਜਾਬ ਸਰਕਾਰ ਖੜ੍ਹੀ ਹੈ। ਭਾਵੇਂ ਸਰਕਾਰਾਂ ਵੱਲੋਂ ਹੜ੍ਹ ਪੀੜਤਾਂ ਦੇ ਹੋਏ ਨੁਕਸਾਨ ਦੀ ਭਰਵਾਈ ਕਰਨ ਦੀ ਇਹ ਗੱਲ ਆਖੀ ਜਾ ਰਹੀ ਹੈ, ਪਰ ਦੂਜੇ ਪਾਸੇ ਇਹਨਾਂ ਹੜ੍ਹ ਦੀ ਮਾਰ ਚੱਲ ਰਹੇ ਲੋਕ ਹੀ ਦੱਸ ਸਕਦੇ ਹਨ ਕਿ ਉਹਨਾਂ 'ਤੇ ਕੀ ਬੀਤ ਰਹੀ ਹੈ। ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ ਦੀ ਰਿਪੋਰਟ।